everyone welcome to stress shortcuts here study becomes easy toh pa likiye thodi lik information usde regarding jo notice jadaafi time to viral ho reha hai ga ki 2300 chon di jede bharti hai ji oh cancel ਹੋ ਗਈ ਹੈ ਇਦਾਂ ਦਾ ਨੋਟਿਸ ਜਿਹੜਾ ਇੱਕ ਵਾਇਰਲ ਹੋ ਰਿਹਾ ਹੈ। ਅਸੀਂ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਜੀ ਇਹ ਨੋਟਿਸ ਜਿਹੜਾ ਹੈਗਾ ਫੇਕ ਹੈ ਕਿਉਂਕਿ ਇਹ ਜਿਹੜਾ ਨੋਟਿਸ ਕੋਈ ਵੀ ਆਫੀਸ਼ੀਅਲ ਵੈਬਸਾਈਟ ਤੇ ਨਹੀਂ ਹੈ। ਤੇ ਜ਼ਰ ਗਾਰਦਨ ਕਿ ਕੀ ਇਨਫੋਰਮੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ। ਤੁਸੀਂ ਦੇਖ ਸਕਦੇ ਹੋ ਜਿਹੜਾ ਸਕਰੀਨ ਤੇ ਤੁਹਾਨੂੰ ਇੱਕ ਜਿਹੜਾ ਮੈਸੇਜ ਸ਼ੋ ਹੋ ਰਿਹਾ ਜੀ ਹਾਂਜੀ ਇਹ ਹੈਗਾ ਮੈਸੇਜ। ਬੇਰੋਜ਼ਗਾਰ ETT TET ਪਾਸ ਅਧਿਆਪਕ ਦੀ ਯੂਨੀਅਨ ਵੱਲੋਂ ਤੇ ਉਹਦੇ ਵਿੱਚ ਲਿਖਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਾਰੇ ਸਤਿਕਾਰਯੋਗ ਬੇਰੋਜ਼ਗਾਰ ETT TET ਪਾਸ ਅਧਿਆਪਕ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ। ਕਿ ਅੱ ਸਾਥਿਓ ਸੁਭਾ ਕਮੇਟੀ ਦੀ ਭਰਤੀ ਸੈੱਲ ਵਿੱਚ ਗੱਲ ਹੋ ਚੁੱਕੀ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਅਜਿਹਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਜੀ ਇਹ ਸ਼ਰਾਰਤੀ ਅਨਸਰਾਂ ਵੱਲੋਂ ਹੀ ਜਿਹੜਾ ਉਹ ਜਾਰੀ ਕੀਤਾ ਗਿਆ ਨੋਟਿਸ ਹੈ ਬਣਾਇਆ ਗਿਆ ਨੋਟਿਸ ਹੈ ਫੇਕ ਨੋਟਿਸ ਹੈ ਸੋ ਕਿਸੇ ਵੀ ਸਾਥੀ ਨੂੰ ਕੋ ਘਬਰਾਉਣ ਦੀ ਲੋੜ ਨਹੀਂ ਹੈ ਸਾਥਿਓ 2364 ਪੋਸਟਾਂ ETT ਯੂਨੀਅਨ ਨੇ ਸੰਘਰਸ਼ ਦੀ ਸਦਕਾ ਪ੍ਰਾਪਤ ਕੀਤੀਆਂ ਹਨ ਉਹਨਾਂ ਨੂੰ ਰੱਦ ਨਹੀਂ ਹੋਣ ਦਿੱਤਾ ਜਾਵੇਗਾ ਤੇ 2364 ETT ਦੀਆਂ ਪੋਸਟਾਂ ਵਿੱਚ ETT ਸਲੈਕਟਰ ਅਧਿਆਪਕ ਸਾਥੀਆਂ ਨੂੰ ਤੁਹਾਨੂੰ ਬਹੁਤ ਹੀ ਜਲਦ ਆਫਰ ਲੈਟਰ ਮਿਲ ਜਾਣਗੇ ਦੇਖੋ ਇਹਦੇ ਵਿੱਚ ਇਹ ਆਪਕੇ ਲਈ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਜੋ ETT ਸਿਲੈਕਟ ਕੈਂਡੀਡੇਟਸ ਹੈ ਕਿਉਂਕਿ ਕਿਸੇ ਵੀ ਕੇਸ ਦਾ ETT ਦੇ ਜਿਹੜੇ ਕੈਂਡੀਡੇਟਸ ਹਨ ਉਹਨਾਂ ਤੇ ਇਫੈਕਟ ਨਹੀਂ ਪੈਂਦਾ ਸੋ ETT ਵਾਲਿਆਂ ਨੂੰ BEd ਦੀ ਉਹਨਾਂ ਦੀ ਮੰਗ ਵੀ ਇਹੀ ਚੱਲਦੀ ਹੈ ਕੋਟ ਕੇਸ ਦੇ ਵਿੱਚ ਕਿ BEd ਦੀ ਇੱਕ ਵਾਰ ਜਿਹੜੇ ਹਨ ਆਫਰ ਲੈਟਰ ਰੋਕ ਕੇ ETT ਨੂੰ ਤਾਂ ਜਿਹੜੇ ਆਫਰ ਲੈਟਰ ਜਲਦੀ ਤੋਂ ਜਲਦੀ ਦਿੱਤੇ ਜਾਣ ਸੋ ਕਿਸੇ ਵੀ ਸਾਥੀ ਨੂੰ ਘਬਰਾਉਣ ਦੀ ਲੋੜ ਨਹੀਂ ਸਾਥਿਓ ETT ਦੀ ਪ੍ਰਤੀ ਵਿੱਚ ਸਿਲੈਕਟ ਹੋਏ ਬਾਦੀ ਉਮੀਦਵਾਰਾਂ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਯਾਨੀ ਕਿ ਸ਼ਰਾਰਤੀ ਅੰਸਰਾਂ ਵੱਲੋਂ ਹੀ ਜਿਹੜੀਆਂ ਜਿਹੜੀਆਂ ਨੋਟਿਸ ਹੈ ਉਹ ਬਣਾ ਕੇ ਫੇਕ ਜਿਹੜੀਆਂ ਵਾਇਰਲ ਕੀਤੇ ਜਾ ਰਹੇ ਤੇ ETTV ਦੀ ਭਰਤੀ ਜਿਹੜੀ ਰੱਦ ਹੋ ਸਕਦੀ ਹੈ ਹਾਲਾਂਕਿ ਇਦਾਂ ਦਾ ਕੋਈ ਵੀ ਆਫੀਸ਼ੀਅਲੀ ਨਹੀਂ ਅੰਦਰੋਂ ਇਦਾਂ ਦੀ ਕੋਈ ਵੀ ਜਿਹੜੀ ਨਿਊਜ਼ ਹੈ ਉਹ ਨਹੀਂ ਹੈਗੀ ਇਦਾਂ ਦਾ ਕੋਈ ਵੀ ਜਿਹੜੀ ਭਰਤੀ ਹੈ 224 ਉਹ ਕੈਨਸਲ ਨਹੀਂ ਹੋਣ ਵਾਲੀ ਸੋ ਸਾਥੀਓ ETT ਪ੍ਰਤੀ ਕਿਸੇ ਵੀ ਹਾਲਤ ਵਿੱਚ ਰੱਦ ਨਹੀਂ ਹੋਵੇਗੀ ਸਗੋਂ ਉਹਨਾਂ ਬਾਰੇ ਉਮੀਦਵਾਰਾਂ ਨੂੰ ਬਹੁਤ ਹੀ ਜਲਦੀ ਬਾਰੀ ਦਾ ਜਿਹੜਾ ਰਸਤਾ ਹੈਗਾ ਜੀ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਵੱਲੋਂ ਬੇਰੋਜ਼ਗਾਰ ਈਟੀਟੀ ਟੈਟਪਾਸ ਅਧਿਆਪਕ ਯੂਨੀਅਨ ਪੰਜਾਬ ਤਾਂ ਉਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਇਹ ਜਿਹੜਾ ਨੋਟਿਸ ਹੈ ਜੀ ਉਹ ਵਾਇਰਲ ਹੋ ਰਿਹਾ ਜਿਹੜਾ ਉਹ ਫੇਕ ਹੈ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ 2300 ਚੋਂ ਭਰਤੀ ਜ਼ਰੂਰ ਪੂਰੀ ਹੋਏਗੀ ਉਹ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਜੋ 10-11 ਮਹੀਨੇ ਲੰਮਾ ਸਮਾਂ ਜਿਹੜਾ ਕੋਰਟ ਕੇਸ ਚੱਲਦਾ ਰਿਹਾ ਉਦੋਂ ਭਰਤੀ ਕੈਨਸਲ ਨਹੀਂ ਹੋਈ ਤਾਂ ਹੁਣ ਤਾਂ ਕੋਰਟ ਕੇਸ ਖਤਮ ਹੋ ਚੁੱਕੇ ਹਨ ਫੈਸਲਾ ਜਿਹੜਾ ਉਹ ਜੱਜ ਨੇ ਲੈ ਲਿੱਤਾ ਹੈ ਤਾਂ ਹੁਣੇ ਭਰਤੀ ਜਿਹੜੀ ਹੈ ਉਹ ਕੈਨਸਲ ਹੁੰ ਇਹ ਜਿਹੜੀ ਆਪਣੀ ਜਿਹੜੀ ਯੂਨੀਅਨ ਹੈ ਜਿਹੜੀ ਦੇ ਜਿਹੜੇ ਜਿਹੜੇ ਵੀ ਕੈਂਡੀਡੇਟਸ ਆ ਉਹ ਇਕੱਠੇ ਨਹੀਂ ਉਹਨਾਂ ਦੇ ਵਿੱਚ ਫੁੱਟ ਪੈ ਜਾਏ ਉਹ ਟੁੱਟ ਜਾਣ ਆਪਸ ਦੇ ਵਿੱਚ ਤੇ ਭਰਤੀਆਂ ਨੇ ਜਿਹੜੀਆਂ ਪੂਰੀਆਂ ਨਾ ਹੋਣ ਤਾਂ ਇਦਾਂ ਦਾ ਸਿਰਫ ਜਿਹੜਾ ਸ਼ਰਾਤੀ ਅਨਸਰਾਂ ਵੱਲੋਂ ਫੈਲਾਈ ਹੋਈ ਨਿਊਜ਼ ਸਗੀ ਇਦਾਂ ਦੀ ਕੋਈ ਵੀ ਨਿਊਜ਼ ਜਿਹੜੀ ਆ ਉਹ ਆਫੀਸ਼ੀਅਲ ਨਿਊਜ਼ ਨਹੀਂ ਹੈਗੀ ਇਸ ਤੋਂ ਇਲਾਵਾ ਇੱਕ ਚੀਜ਼ ਜਿਹੜੀ ਹੈ ਜੀ ਹੋਰ ਵਾਇਰਲ ਹੋ ਰਹੀ ਹੈ ਆਪਾਂ ਤੁਹਾਨੂੰ ਦੱਸਦੇ ਹਾਂਜੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ ਇੱਕ ਇਹ ਲੈਟਰ ਜਿਹੜਾ ਉਹ ਵਾਇਰਲ ਹੋ ਰਿਹਾ ਹੈਗਾ ਨਹੀਂ ਸਕਦੇ ਜੀ ਇਹ ਕੈਂਡੀਡੇਟਸ ਕੀ ਸੋਚ ਕੇ ਹੋਣੇ ਇਹ ਜਿਹੜਾ ਮੁੱਦਾ ਚੱਕ ਰਹੇ ਨੇਗੇ ਕਿਉਂਕਿ ਇਸ ਮੁੱਦੇ ਦੇ ਵਿੱਚ ਇਸ ਲੈਟਰ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ 2364 ਤੇ 6635 ਦੀ ਜਿਹੜੀ ਭਰਤੀ ਆ ਉਹ ਨਿਰੋਲ ਪੀਐਸਟੈਟ 1 ਤੇ ਬੇਸ ਤੇ ਕੀਤੀ ਜਾਵੇ ਪੀਐਸਟੈਟ 1 ਦੀ ਨਿਰੋਲ ਮੈਰਿਟ ਯਾਨੀ ਕਿ ਜੋ ਈਜੀਟੀ ਦਾ ਪੇਪਰ 2 ਪਹਿਲਾਂ ਲਿੱਤਾ ਗਿਆ 2364 ਲਈ ਜਿਹਦਾ ਪੇਪਰ ਹੋ ਚੁੱਕਿਆ ਮੈਰਿਟ ਬਣ ਚੁੱਕੀ ਸਕਰੂਟਨੀਆ ਹੋ ਚੁੱਕੀਆਂ ਤੇ ਉਸ ਤੋਂ ਬਾਅਦ ਜਿਹੜਾ 6635 ਦਾ ਪੇਪਰ ਅਨਾਉਂਸ ਹੋ ਚੁੱਕਿਆ ਜੀ ਸੋ ਇਸ ਦੇ ਵਿੱਚ ਲਿਖ ਇਹ ਗੱਲ ਕਰਨ ਦੇ ਕੋਈ ਵੀ ਮਤਲਬ ਨਹੀਂ ਬੰਦਾ ਐਵੇਂ ਇੱਕ ਫਾਲਤੂ ਦਾ ਹੋਰ ਜਿਹੜਾ ਮੁੱਦਾ ਵਿੱਚ ਉਠਾਇਆ ਜਾ ਰਿਹਾ ਹੈਗਾ ਇਸ ਮੁੱਦੇ ਦਾ ਕੋਈ ਵੀ ਲੈਣਾ ਦੇਣਾ ਹੁਣ ਨਹੀਂ ਬੰਦਾ ਕਿਉਂਕਿ PSAT1 ਦੇ ਬੇਸ ਤੇ ਅਗਰ ਨਿਰੋਲ ਮੈਰਿਟ ਬੇਸ ਤੇ PSAT1 ਦੀ ਪ੍ਰਤੀ ਹੋਣੀ ਹੁੰਦੀ ਤਾਂ ਇਹ ਮੁੱਦਾ ਪਹਿਲਾਂ ਚੱਕਣਾ ਸੀ ਜਦੋਂ 2364 ਲਈ ਯਾਨੀ ਕਿ ETT ਲਈ ਪੇਪਰ 2 ਜਿਹੜਾ ਉਹ ਅਨਾਉਂਸ ਕੀਤਾ ਗਿਆ ਸੀ ਲੇਕਿਨ ਹੁਣ ਜਦ ਪੇਪਰ 2 ਹੋ ਚੁੱਕਿਆ ਹੈ ਮੈਰਿਟ ਬਣ ਚੁੱਕੀ ਹੈ ਲਿਸਟਾਂ ਬਣ ਚੁੱਕੀਆਂ ਨੇ ਸਕਰੂਟਨੀਆਂ ਹੋ ਚੁੱਕੀਆਂ ਨੇ ਤੇ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ PSAT1 ਦੇ ਬੇਸ ਤੇ ਜਿਹੜੀ ਮੈਰਿਟ ਬਣਨੀ ਹੈ ਉਹ ਇਸ ਮੁੱਦੇ ਨੂੰ ਹੁਣ ਵਿੱਚ ਉ ਸੋ ਇਹ ਪਤਾ ਨਹੀਂ ਕਿੰਨਾ ਨੇ ਜਿਹੜਾ ਦੁਬਾਰਾ ਇੱਕ ਹੋਰ ਨਵਾਂ ਮੁੱਦਾ ਜਿਹੜਾ ਕਿ ਜਿਸ ਦੀ ਕੋਈ ਬੁਨਿਆਦ ਹੀ ਹੈ ਨਹੀਂ ਮੁੱਦਾ ਜਿਹੜਾ ਉਹ ਚੱਕ ਲਿੱਤਾ ਗਿਆ ਪਰ ਇਹ ਮੁੱਦੇ ਦੀ ਕੋਈ ਵੀ ਬੁਨਿਆਦ ਨਹੀਂ ਤੇ ਨਾ ਹੀ ਇਹ ਮੁੱਦਾ ਟਿਕਨ ਵਾਲਾ ਹੈ ਸੋ ਇਹ ਵੀ ਫਾਲਤੂ ਦੇ ਮੁੱਦੇ ਜਣਿਆਂ ਵਿੱਚੋਂ ਨਾ ਚੱਕੋ ਭਰਤੀਆਂ ਨੂੰ ਹੋਰ ਨਾ ਲਟਕਾਓ ਫਾਲਤੂ ਦੇ ਕੇਸਿਸ ਜਿਹੜਿਆਂ ਉਹ ਨਾ ਕ੍ਰੀਏਟ ਕਰੋ ਪਹਿਲਾਂ ਹੀ ਜਿਹੜੇ ਬਨੇ ਹੋਏ ਨੇ ਉਹ ਕੇਸਾਂ ਦਾ ਹੀ ਨਿਪਟਾਰਾ ਹੋਣਾ ਬਹੁਤ ਔਖਾ ਹੋਇਆ ਪਿਆ ਸੋ ਬਾਦੂ ਹੋਰ ਨਵੇਂ ਕੇਸ ਜਿਹੜੇ ਆ ਫਾਲਤੂ ਦੇ ਨਾ ਬਣਾਓ ਤੇ ਇਸ ਕੇਸ ਦਾ ਤਾਂ ਕੋਈ ਆਧਾਰ ਵੀ ਨਹੀਂ ਹੈ ਨਾ ਇਹ ਕੇਸ ਖੜਨ ਵਾਲਾ ਹੈ ਨਾ ਹੀ ਇਹ ਮੁੱਦਾ ਖੜਨ ਵਾਲਾ ਹੈ ਇਹਦੇ ਵਿੱਚ ਸੋ ਇਹ ਵੀ ਇੱਕ ਜਿਹੜੀ ਗੱਲ ਹੈ ਜਿਹੜੀ ਉਹ ਫੈਲ ਰਹੀ ਹੈ ਆਪਾਂ ਤੁਹਾਨੂੰ ਇਸ ਦੀ ਬਾਰੇ ਇਨਫੋਰਮੇਸ਼ਨ ਵੀ ਜਿਹੜੀ ਇਹਦੇ ਵਿੱਚ ਦੇ ਦਿੱਤੀ ਕਿ ਇਸ ਦਾ ਵੀ ਕੋਈ ਆਧਾਰ ਨਹੀਂ ਹੈਗਾ ਹੁਣ ਇਦਾਂ ਗੱਲ ਕਰਨੀ ਕਿ ਪੀਐਸਟ 1 ਦੇ ਬੇਸ ਤੇ ਭਰਤੀ ਕੀਤੀ ਜਾਵੇ ਇਹਦਾ ਕੋਈ ਵੀ ਮਤਲਬ ਜਿਹੜਾ ਹੁਣ ਨਹੀਂ ਬੰਦਾ ਸੋ ਇਹ ਸਗੀ ਜੀ ਇਨਫੋਰਮੇਸ਼ਨ ਕਾਫੀ ਟਾਈਮ ਤੋਂ ਜਿਹੜੇ ਕੈਂਡੀਡੇਟਸ ਨੇ ਜੀ ਉਹ ਪਰੇਸ਼ਾਨ ਹੋ ਰਹੇ ਸੀ ਕਿ 2364 EGT ਭਰਤੀ ਪਤਾ ਨਹੀਂ ਕੈਂਸਲ ਨਾ ਹੋ ਜਾਵੇ ਕਿਤੇ ਆਫੀਸ਼ਲ ਨੋਟਿਸ ਨਾ ਹੋਵੇ ਸੋ ਗੱਲ ਜਿਹੜੀ ਉਹ ਕਲੀਅਰ ਹੋ ਚੁੱਕੀ ਹੈ ਜੀ ਆਫੀਸ਼ਲ ਨੋਟਿਸ ਨਹੀਂ ਹੈਗਾ ਨਾ ਇਹਦਾ ਦੀ ਕੋਈ ਗਲਬਾਤ ਹੈ ਕਿ 2364 ਭਰਤੀ EDT ਕੈਂਸਲ ਹੋਏਗੀ ਇਹ ਭਰਤੀ ਕੈਂਸਲ ਨਹੀਂ ਹੁੰਦੀ ਭਰਤੀ ਜ਼ਰੂਰ ਪੂਰੀ ਹੋਏਗੀ ਤੇ EGT ਵਾਲੇ ਨੂੰ ਆਫਰ ਲੈਟਰ ਵੀ ਜਿਹੜੇ ਜਲਦੀ ਤੋਂ ਮਿਲ ਜਾਣਗੇ ਕੇਸ ਦਾ ਨਿਪਟਾਰਾ ਵੀ ਜਲਦੀ ਹੀ ਕੀਤਾ ਜਾਏਗਾ ਜੀ ਆਪਾਂ ਨੂੰ ਪਤਾ ਜਿਹੜਾ ਕੇਸ ਲੱਗਿਆ ਹੋਇਆ 2364 ETT ਤੇ BARD ਨੂੰ ਬਾਹਰ ਕਰਨ ਵਾਲਾ ਜਿਹੜਾ ਸੋ ਪੂਰੀ ਉਮੀਦ ਹੈ ਜੀ 24 ਸਤੰਬਰ ਨੂੰ ਫਾਈਨਲ ਫੈਸਲਾ ਆ ਜਾਏਗਾ ਤੇ ਜਲਦੀ ਹੀ ਹੁਣ ਇਸ ਤੇ ਆਫਰ ਲੈਟਰ ਵੀ ETT ਵਾਲਿਆਂ ਨੂੰ ਤਾਂ ਜ਼ਰੂਰ ਜਾਰੀ ਕੀਤੀ ਹੀ ਜਾ ਸਕਦੇ ਆ ਕਿਉਂਕਿ ਉਹਨਾਂ ਤੇ ਕੋਈ ਇਫੈਕਟ ਨਹੀਂ ਪੈਂਦਾ ਕਮ ਸੇ ਕਮ ETT ਵਾਲਿਆਂ ਨੂੰ ਜ਼ਰੂਰ ਜਿਹੜੇ ਆਫਰ ਲੈਟਰ ਦੇ ਦਿੱਤੇ ਜਾਣੇ ਚਾਹੀਦੇ ਆ ਬਾਕੀ ਪੂਰੀ ਉਮੀਦ ਹੈ ਜੀ 24 ਸਤੰਬਰ ਨੂੰ ਫਾਈਨਲ ਫੈਸਲਾ ਆ ਜਾਏਗਾ ਤੇ ਇਹਦੀ ਜਿਹੜੀ ਭਰਤੀ ਹੈ 230 ਚੋਂ ਦੀ ਪੂਰੀ ਭਰਤੀ ਹੀ ਜਿਹੜੀ ਆ ਉਹ ਪੂਰੀ ਕਰ ਦਿੱਤੀ ਜਾਊਗੀ ਬਾਕੀ ਜਿਵੇਂ ਕੋਈ ਅਫੀਸ਼ੀਅਲ ਅਪਡੇਟ ਆਉਂਦੀ ਹੈ ਜੀ ਅਬ ਤੁਹਾਨੂੰ ਇਸੇ ਚੈਨਲ ਤੇ ਅਪਡੇਟ ਕਰਾਂਗੇ ਆਪੀ ਇਨਫੋਰਮੇਸ਼ਨ ਤੁਹਾਡੇ ਲਈ ਯੂਸਫੁਲ ਰਹੀ ਹੋਏਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਟੈਲੀਗ੍ਰam ਚੈਨਲ ਨੂੰ ਜ਼ਰੂਰ ਜੁਆਇਨ ਕਰ ਲਿਆ ਕਰੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਤਾਂਕਿ ਹਰ ਇੱਕ ਲੇਟੈਸਟ ਇਨਫੋਰਮੇਸ਼ਨ ਤੁਹਾਡੇ ਤੱਕ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਥੈਂਕ ਯੂ